ਬਿਸਮਿਲ্লাহ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ 20 ਅਗਸਤ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ ਇਹਦੇ ਤੇ ਕਮੈਂਟ ਕਰੋ ਤੇ ਹੋ ਸਕੇ ਤੇ ਇਹਦੇ ਲਿੰਕ ਨੂੰ ਵਟਸਐਪ ਤੇ ਸ਼ੇਅਰ ਕਰੋ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ ਜਿਹੜੀ ਪਹਿਲੀ ਖਬਰ ਹੈ ਉਹ ਬੜੀ ਖੌਫਨਾਕ ਵੀ ਹੈ ਔਰ ਦਿਲਖਰਾਸ਼ ਵੀ ਹੈ ਤੇ ਬੜੀ ਅਫਸੋਸਨਾਕ ਵੀ ਹੈ ਖਬਰ ਇਹ ਹੈ ਕਿ ਕਰਾਚੀ ਦੀ ਇੱਕ ਨਤਾਸ਼ਾ ਇਕਬਾਲ ਸਾਹਿਬਾ ਖਾਤੂਮ ਉਨ੍ਹਾਂ ਨੇ ਆਪਣੀ ਗੱਡੀ ਦੇ ਨਾਲ ਪੰਜ ਲੋਕਾਂ ਨੂੰ ਕੁਚਲ ਦਿੱਤਾ ਐਕਸੀਡੈਂਟ ਤੇ ਹੁੰਦੇ ਹੀ ਨੇ ਚਲੋ ਲੋਕੀ ਗੱਡੀਆਂ ਦੇ ਥੱਲੇ ਵੀ ਆਉਂਦੇ ਨੇ ਤੇ ਇਹ ਫਿਰ ਐਡੀ ਖੌਫਨਾਕ ਪਰੇਸ਼ਾਨਕੁਨ ਖਬਰ ਮੈਨੂੰ ਕਿਹਾ ਆਖਣ ਡਿਆ ਉਹ ਇਸ ਤੋਂ ਆਖਣ ਡਿਆ ਕਿ ਮਬਈਨਾ ਤੌਰ ਤੇ ਆਖਿਆ ਜਾ ਰਿਹਾ ਪੀ ਇਹ ਖਾਤੂਨ ਜਿਹੜੀ ਨਸ਼ੇਸ਼ ਉਸ ਵੇਲੇ ਤੋਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਬਿਲਕੁਲ ਅੰਨੀ ਹੋਈ ਸੀ ਇਹ ਭੈਣ ਸਾਡੀ ਤੇ ਇਹਨੇ ਇਹੋ ਜਿਹੀ ਮੈਂ ਆਖਾਂਗਾ ਕਿ ਤੇਜ਼ ਰਫਤਾਰੀ ਦੇ ਵਿੱਚ ਉਹ ਐਕਸੀਡੈਂਟ ਕੀਤਾ ਕਿ ਜਿਹੜੀ ਵੀਡੀਓ ਅਸੀਂ ਤੁਹਾਨੂੰ ਖਾ ਰਹੇ ਤੁਸੀਂ ਆਪ ਵੀ ਪਰੇਸ਼ਾਨ ਹੋ ਗਏ ਹੋਗੇ ਮੋਟਰਸਾਈਕਲ ਵੀ ਕੁਚਲ ਦਿੱਤੇ ਤੇ ਉਡਾ ਦਿੱਤੇ ਤੇ ਇੱਕ ਹੋਰ ਗੱਡੀ ਜਿਹੜੀ ਉਹਦੀਆਂ ਵੀ ਕਲਟੀਆਂ ਪਵਾ ਦਿੱਤੀਆਂ ਆਪਣੀ ਗੱਡੀ ਦੀਆਂ ਵੀ ਕਲਾਬਾਜ਼ੀਆਂ ਪੁਆਈਆਂ ਤੇ ਹਰਸ਼ ਹੈ ਉੱਤੇ ਥੱਲੇ ਕਰ ਛੜੀ ਆਪਣੀਆਂ ਦੀ ਗੱਡੀ ਦੇ ਸਾਰੇ 에ਅਰ ਬੈਗ ਡਿਪਲੋਏ ਹੋਏ ਨੇ ਔਰ ਗੱਡੀ ਦੇ ਪੱਲੇ ਵੀ ਕੱਖ ਨਹੀਂ ਰਿਹਾ ਨਾ ਆਪਣੀ ਨਾ ਆਪਣੇ ਪੱਲੇ ਕੋਈ ਛੱਡਿਆ ਨਾ ਕਿਸੇ ਹੋਰ ਦੇ ਤੇ ਤਬਾਈ ਕਰਕੇ ਰੱਖ ਦਿੱਤੀ ਸਾਰਿਆਂ ਦੀ ਹੁਣ ਇਹ ਜਿਹੜੀ ਖਾਤੂਮ ਨੇ ਇਹਨਾਂ ਨੂੰ ਜਿਸ ਵੇਲੇ ਵੇਖਿਆ ਉਥੇ ਲੋਕਾਂ ਨੇ ਜ਼ਾਹਿਰ ਉਹਨਾਂ ਨੂੰ ਫੜਿਆ ਸੀ ਉਹਨਾਂ ਦੀ ਹਾਲਤ ਗੈਰ ਸੀ ਉਹ ਮਬਹინა ਤੌਰ ਤੇ ਜ਼ਾਹਿਰ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਲੱਗ ਰਹੇ ਸਨ ਉਹ ਹੁਣ ਅਲੱਗ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਪੁਲਿਸ ਨੇ ਵੀ ਹੁਣ ਜੱਜ ਸਾਹਿਬ ਨੇ ਵੀ ਐਕਟਿਵ ਹੋ ਜਾਣਾ ਪੁਲਿਸ ਨੇ ਵੀ ਕਿਉਂਕਿ ਕਿਸੇ ਤਗੜੇ ਦੀ ਬੁੱਢੀ ਹੈ ਤਗੜੇ ਦੀ ਧੀ ਹੈ ਉਹਨਾਂ ਨੇ ਇਹ ਜਿਹੜੀ ਇਹ ਪੈਂ ਸਾਡੀ ਨੇ ਜਿਹੜੀ ਵੀ ਸ਼ਰਾਬ ਦੀ ਇੱਕ ਕੁੱਪੀ ਪੀਤੀ ਜਾਂ ਦੋ ਪੀਤੀਆਂ ਜਾਂ ਚਾਰ ਪੀਤੀਆਂ ਇਹਨਾਂ ਨੂੰ ਨਾ ਆਖਣਾ ਵੀ ਜਾਂ ਤੇ ਖੰਗ ਦਾ ਸ਼ਰਬਤ ਸੀ ਜੀ ਇਹ ਆਖਣਾ ਹੈ ਕਿ ਕੋਈ ਸ਼ਾਇਦ ਇਸਤੇਮਾਲ ਕੀਤਾ ਸੀ ਹੋ ਸਕਦਾ ਰੂ ਅਫਜ਼ਾ ਬਣਾ ਦੇਣ ਤੇ ਹੋ ਸਕਦਾ ਕੋ ਮਾਲਟੇ ਦਾ ਜੂਸ ਬਣਾ ਦੇਣੀ ਜਾਂ ਕੋਈ ਹੋਰ ਸ਼ਾਇ ਇਹਦੇ ਵਿੱਚ ਤਾਰਮੀਰੀ ਦਾ ਤੇਲ ਆਖ ਦੇਣ ਵੀ ਕਿਸੇ ਨੇ ਪਾ ਦਿੱਤਾ ਸੀ ਇਸ ਤੋ ਹੋਇਆ ਕੰਮ ਲੇਕਿਨ ਮੁਖਤਸਰ ਗੱਲ ਇਹ ਹੈ ਕਿ ਉਹਨਾਂ ਨੇ ਇਹਨਾਂ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਮਿਲਣ ਦੇਣੀ ਅੱਲਾ ਦੇ ਹੁਕਮ ਨਾਲ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਇਹ ਹੀ ਹੈ ਕਿ ਪਾਕਿਸਤਾਨ ਦੇ ਵਿੱਚ ਰੂਲ ਆਫ ਲਾ ਨਹੀਂ ਹੈਗਾ ਰੂਲ ਆਫ ਲਾ ਜਿਹੜਾ ਉਹ ਤਗੜੇ ਆਸਤੇ ਹੈ ਮਾੜੇ ਆਸਤੇ ਜਿਹੜਾ ਹੈ ਨਾ ਉਹ ਰੂਲ ਆਫ ਲਾ ਨਹੀਂ ਹੈਗਾ ਮਤਲਬ ਤਗੜੇ ਨੂੰ ਉਹਦਾ ਹਿੱਸਾ ਮਿਲ ਜਾਂਦਾ ਹੈ ਤੇ ਮਾੜੇ ਨੂੰ ਸਜ਼ਾ ਮਿਲਦੀ ਹੈ ਇਹ ਹੁਣ ਕਿਉਂਕਿ ਤਗੜੇ ਦੀ ਧੀ ਹੈ ਜਾਂ ਤਗੜੇ ਦੀ ਬੁੱਢੀ ਹੈ ਇਹਦੇ ਲਾਗੇ ਕੋਈ ਸ਼ੈ ਨਹੀਂ ਹੋਣੀ ਇਹ ਪੰਜ ਬੰਦੇ ਛੱਡ ਕੇ 50 ਬੰਦੇ ਮਾਰ ਦਿੰਦੀ ਇਹਨੇ ਫੇਰ ਵੀ ਬਾਹਰ ਆ ਜਾਣਾ ਹੁਣ ਨਹੀਂ ਆਏਗੀ ਤੇ ਮਹੀਨੇ ਚ ਆ ਜਾਏਗੀ 15 ਦਿਨਾਂ ਚ ਆ ਜਾਏਗੀ ਇਹ ਬਰਲ ਪਹਿਲਾ ਤੇ ਉੱਥੇ ਅਸੀਂ ਜਿਹੜਾ ਸ਼ਾਕਸਾਨਾ ਵੇਖਿਆ ਉਹ ਤੇ ਇਹੀ ਵੇਖਿਆ ਕਿ ਉੱਥੇ ਵੀ ਪ੍ਰੋਟੋਕੋਲ ਰੇਂਜਰ ਵੀ ਦੇ ਰਹੀ ਸੀ ਤੇ ਪੁਲਿਸ ਵੀ ਦੇ ਰਹੀ ਸੀ ਔਰ ਉਸ ਤੋਂ ਬਾਅਦ ਜਿਹੜੀ ਤਸਵੀਰ ਆਈ ਜਿਸ ਵੇਲੇ ਇਹਨਾਂ ਨੂੰ ਥਾਣੇ ਜਾ ਕੇ ਭਾਇਆ ਸੀ ਜਾਂ ਕਿਸੇ ਦਫ਼ਤਰ ਭਾਇਆ ਸੀ ਜਿੱਥੇ ਤਫ਼ਤੀਸ਼ ਹੋ ਰਹੀ ਸੀ ਉੱਥੇ ਤੁਸੀਂ ਵੇਖੋ ਤੇ ਸਾਹਮਣ ਔਰੇਂਜ ਦੀ ਬੋਤਲ ਪਈ ਮਰਿੰਡਾ ਵਰਗੀ ਬੋਤਲ ਉਹ ਮੈਨੂੰ ਤੇ ਸਨਕਿਸ ਦੀ ਉਹ ਕੋਈ ਡਰਿੰਕ ਲੱਗ ਰਹੀ ਹੈ ਮੀਨ ਕੋਈ ਸਿਟਰਸ ਫੈਮਿਲੀ ਤੋਂ ਹੀ ਹੈ ਤਾਂ ਕਿ ਥੋੜਾ ਜਿਹਾ ਨਸ਼ਾ ਉਨਸ਼ਾ ਥੱਲੇ ਜਾਏ ਹੁਣ ਸਾਨੂੰ ਜ਼ਾਹਿਰ ਨਹੀਂ ਪਤਾ ਹਤਮੀ ਤੌਰ ਤੇ ਸੀ ਕੋਈ ਮੈਡੀਕਲ ਰਿਪੋਰਟ ਤੇ ਨਹੀਂ ਵੇਖੀ ਕਿ ਜੀ ਸ਼ਰਾਬ ਦਾ ਹੀ ਨਸ਼ਾ ਕੀਤਾ ਹੁਣ ਲੋਕੀ ਆਖਣ ਰਹੇ ਨੇ ਹੋ ਸਕਦਾ ਕੋਈ ਹੋਰ ਨਸ਼ਾ ਕੀਤਾ ਹੋਵੇ ਹੋ ਸਕਦਾ ਵਾਕਈ ਖੰਗ ਦਾ ਸ਼ਰਬਤ ਪੀਤਾ ਹੋਵੇ ਮੈਂ ਹੀ ਕਹਿ ਸਕਦਾ ਬਹਰਹਾਲ ਇਸੇ ਲਈ ਮੁਬੈਨਾ ਤੌਰ ਤੇ ਲਫ਼ਜ਼ ਇਸਤੇਮਾਲ ਕਰ ਰਹੇ ਹਾਂ ਤੇ ਇਹ ਇਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਅ ਅ એનર્ਜੀ ਗੋਲ अहमद ਦਾ એનર્ਜੀ ਲਿਮਟਿਡ ਦੇ ਦੁਬਾਰਾ ਮੁਬਾਇਨਾ ਤੌਰ ਤੇ ਆਖਾਂਗਾ ਕਿਉਂਕਿ ਅਜੇ ਤੱਕ ਕੋ ਡਾਕੂਮੈਂਟ ਸਾਹਮਣੇ ਨਹੀਂ ਆਇਆ ਉਹਨਾਂ ਦੇ ਚੇਅਰਮੈਨ دانش ਇਕਬਾਲ ਸਾਹਿਬ ਦੀ এবੀਵੀ ਨੇ ਔਰ ਕਾਰਸਾ ਜ਼ਰੂਰ ਰੋਡ ਦੇ ਉੱਤੇ ਇਹਨਾਂ ਨੇ ਆਪਣੀ ਪ੍ਰਾਡੋ ਦੇ ਨਾਲ ਪੰਜ ਲੋਕਾਂ ਨੂੰ ਕੁਚਲ ਦਿੱਤਾ ਉਹਨਾਂ ਦੇ ਵਿੱਚ ਯੂਨੀਵਰਸਿਟੀ ਦੀ ਇੱਕ ਤਾਲਬਾ ਆਮਨਾ عارف ਔਰ ਉਹਨਾਂ ਦੇ ਵਾਲਿਦ ਵੀ ਸ਼ਾਮਿਲ ਸੀ ਪੁਲਿਸ ਨੇ ਇਸ ਅਲਮਨਾਕ ਹਾਦਸੇ ਤੋਂ ਮਲਵਸ ਗੱਡੀ ਵੀ ਲੈ ਲਈ ਹੈ ਔਰ ਤਫਸੀਲات ਵੀ ਲੈ ਲਈਆਂ ਨੇ ਔਰ ਮਰਕਜ਼ੀ ਮੁਲਜ਼ਮ ਦੀ ਸ਼ਰਾਖ ਜਿਹੜੀ ਹੈ ਉਹ ਨਤਾਸ਼ਾ ਦੇ ਨਾਂ ਤੋਂ ਹੋਈ ਹੈ ਔਰ ਮਾਰੂਫ ਕਾਰੋਬਾਰੀ ਸ਼ਖਸੀਅਤ ਦਾниш ਇਕਬਾਲ ਸਾਹਿਬ ਦੀ ਉਹ اہਲੀਆ ਨੇ ਇਹ ਤੇ ਦੀ ਸਾਰੀ ਸਟੋਰੀ ਹੈ ਅੱਛਾ ਹੁਣ ਇਹਦੀ ਜਿਹੜੀ ਦੂਸਰੀ ਚੀਜ਼ ਹੈ ਜਿਹੜੀ ਇਹਦੇ ਵਿੱਚ ਪਰੇਸ਼ਾਨ ਕਰਨ ਗੱਲ ਹੈ ਉਹ ਇਹ ਹੈ ਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਕਿ ਸਾਡੇ ਇਰਦ-ਗਿਰਦ ਹੁੰਦਾ ਕੀ ਹੈ ਸਾਡੇ ਅੱਜਕੱਲ ਦੇ ਜਿੰਨੇ ਵੀ 엘ੀਟ ਔਰ ਅਪਰ ਮਿਡਲ ਕਲਾਸ ਔਰ 엘ੀਟ ਨੇ ਇਹਨਾਂ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਏਗੀ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਗੱਲ ਲੇਕਿਨ ਇਹ ਅਲੀਟ ਔਰ ਅਪਰ ਕਲਾਸ ਦੇ ਵਿੱਚ ਕਮ ਅਸ ਕਮ 40 ਤੋਂ 60% ਖਵਾਤੀਨ ਦੀ ਮੈਂ ਗੱਲ ਕਰਨ ਡਿਆ ਮਰਦਾਂ ਦੀ ਗੱਲ ਨਹੀਂ ਕਰਨ ਡਿਆ ਉਹ ਬਕਾਇਦਗੀ ਨਾਲ ਸ਼ਰਾਬ ਨੋਸ਼ੀ ਕਰਦੀਆਂ ਨੇ ਔਰ ਇਹਨੂੰ ਇੱਕ ਫਖਰ ਔਰ ਸਟੇਟਸ ਸਿੰਬਲ ਦਾ ਕੰਮ ਸਮਝਿਆ ਜਾਂਦਾ ਜਿਵੇਂ ਮੁੰਡੇ ਨਹੀਂ ਛੋਟੇ 16 18 ਸਾਲਾਂ ਦੇ ਵਿੱਚ ਉਹਨਾਂ ਨੇ ਮਰਦ ਬਣਨਾ ਹੁੰਦਾ ਤੇ ਮਰਦ ਬਣਨ ਵਾਸਤੇ ਉਹਨਾਂ ਨੂੰ ਲੱਗਦਾ ਹੈ ਕਿਉਂਕਿ ਸ਼ੌਕ ਹੁੰਦਾ ਵੱਡੇ ਹੋਣ ਦਾ ਕਿ ਸਿਗਰਟ ਪੀਵਾਂਗੇ ਤੇ ਮਰਦ ਲੱਗਾਂਗੇ ਤੇ ਉਹ ਸਿਗਰਟ ਦੀ ਹੋਰ ਉਸ ਵੇਲੇ ਨਾ ਉਹਨਾਂ ਨੂੰ ਕੋ ਤਲਬ ਹੁੰਦੀ ਹੈ ਨਾ ਕੋ ਜ਼ਰੂਰਤ ਹੁੰਦੀ ਹੈ ਲੇਕਿਨ ਅਕਸਰ ਬਸ ਉਸੇ ਚੱਕਰ ਦੇ ਵਿੱਚ ਹੀ ਇੱਕ ਤੇ ਉਹ ਰੇਜ਼ਰ ਦੇ ਨਾਲ ਆਪਣਾ ਮੂੰਹ ਮੁੰਨਣਾ ਸ਼ੁਰੂ ਕਰ ਦਿੰਦੇ ਨੇ ਵਕਤ ਤੋਂ ਪਹਿਲਾਂ ਹੀ ਤੇ ਨਾਲ ਸਿਗਟਾਂ ਫੁਕੜਣੀਆਂ ਫੁਕੜੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਜਦੋਂ ਸਿਗਟਾਂ ਪੀਆਗੇ ਨਾ ਤੇ ਕਿਤੇ ਖਲੋ ਕੇ ਸਿਗਰਟ ਪੀਂਦੇ ਹੋਵਾਂਗੇ ਤੇ ਕੁੜੀ ਜਿਹੜੀ ਹੈ ਨਾ ਸਾਡੇ ਵੱਲ ਜ਼ਰੂਰ ਵੇਖ ਕੇ ਲੰਗੇਗੀ ਤੇ ਇਹੋ ਜੀਆਂ ਬੇਵਕੂਫੀਆਂ ਦੀ ਵਜ੍ਹਾ ਤੋਂ ਉਹ ਸਿਗਰਟ ਨੋਸ਼ੀ ਦੀ ਲਤ ਦੇ ਵਿੱਚ ਲੱਗ ਜਾਂਦੇ ਨੇ ਇਹੋ ਜਿਹੀਆਂ ਹੀ ਕੋਈ ਮਾਡਰਨ ਹੋਣ ਦੀ ਇੱਕ ਪਾਕਿਸਤਾਨ ਦੇ ਵਿੱਚ ਇੱਕ ਫੀਲ ਹੈ ਕਿ ਕਿਸੇ ਨਾ ਕਿਸੇ ਕਿਸਮ ਦੀ ਜਾਂ ਕੋਈ ਡਰਗ ਚੱਕੋ ਨੱਕ ਦੇ ਜ਼ਰੀਏ ਤੇ ਜਾਂ ਕੋਈ ਸ਼ਰਾਬ ਸ਼ਰੂਪ ਪੀਓ ਤਾਂ ਫਿਰ ਤੁਸੀਂ ਬੜੇ ਮਾਡਰਨ ਜੇ ਵਰਨਾ ਤੁਸੀਂ ਦਕੀਆਂ ਨੂਸੀ ਜੇ ਵਰਨਾ ਤੁਸੀਂ ਬੜੇ ਹੀ ਕਨਸਰਵੇਟਿਵ ਜੇ ਬੈਕਵਰਡ ਜੇ ਤੇ ਜਰਾ ਥੋੜਾ ਜਿਹਾ ਫੋਰਵਰਡ ਲੁਕਿੰਗ ਲੱਗਣਾ ਵਾਸਤੇ ਇੱਕ ਤੇ ਕੱਪੜੇ ਥੋੜੇ ਪਾਉਣੇ ਨੇ ਤੇ ਕੱਪੜੇ ਜਿਹੜੇ ਅੱਧੇ ਕ ਪਾ ਲਓ ਤੇ ਦੂਜਾ ਸ਼ਰਾਬ ਸ਼ਰੂਪ ਦੱਬ ਕੇ ਪੀਓ ਤਾਂ ਫਿਰ ਤੁਸੀਂ ਜਿਹੜਾ ਉਹ ਬੜੇ ਮਾਡਰਨ ਬਣ ਜਾਂਦੇ ਹੋ ਇਹ ਇੱਕ ਅਨਫੋਰਚੂਨੇਟ ਗੱਲ ਹੈ ਲੇਕਿਨ ਦੇ ਪਿੱਛੇ ਸਾਈਕੋਲੋਜੀਕਲ ਰੀਜਨਸ ਰੇਂਜ ਕਿਉਂ ਆਇਆ ਮਲੇਸ਼ੀਆ ਵੇਖੋ ਉੱਥੇ ਮੈਂ ਇਹੋ ਜਿਹਾ ਕੰਮ ਹੁੰਦਾ ਘੱਟ ਵੇਖਿਆ ਦੁਬਈ ਵੇਖੋ ਉੱਥੇ ਵੀ ਹੁੰਦਾ ਹੈ ਲੇਕਿਨ ਘੱਟ ਵੇਖਿਆ ਪਾਕਿਸਤਾਨ ਦੇ ਵਿੱਚ ਇਹ ਹਿਪੋਕ੍ਰੇਸੀ ਜ਼ਿਆਦਾ ਹੈ ਉਹਦੀ ਵਜ੍ਹਾ ਜ਼ਿਆਉਲਾਖ ਸਾਹਿਬ ਨੇ ਉਹਨਾਂ ਇੰਨੀ ਲੱਠ ਪੇਰੀ ਸ਼ਰਾਬ ਜਿਹੜੀ ਹੈ ਉਹ ਮੈਂ ਤਾਂ ਨਹੀਂ ਆਂਦਾ ਪੀਣੀ ਚੰਗੀ ਚੀਜ਼ ਹੈ ਲੇਕਿਨ ਉਹਨੂੰ ਕਤਲ ਤੋਂ ਵੀ ਜ਼ਿਆਦਾ ਵੱਡਾ ਜੁਰਮ ਬਣਾ ਦਿੰਦਾ ਪਾਕਿਸਤਾਨ ਦੇ ਵਿੱਚ ਮਤਲਬ ਕਿ ਕਿਸੇ ਦਾ ਪਲਾਟ ਖੋਵੋ ਕਿਸੇ ਨਾਲ ਹੋਰ ਧੱਕਾ ਕਰੋ ਜ਼ਿਆਤੀ ਕਰੋ ਉਹ ਸਾਰਾ ਕੁਝ ਠੀਕ ਹੈ ਸ਼ਰਾਬ ਪੀਣ ਵਾਲਾ ਬੰਦਾ ਬੜਾ ਬੁਰਾ ਕਰਾਰ ਦੇ ਦਿੱਤਾ ਮਤਲਬ ਕਿ ਉਹਦੇ ਉੱਤੇ ਇਹੋ ਜਿਹਾ ਗਲਵਾ ਪਾਇਆ ਸਾਰੀ ਗੱਲ ਦੇ ਉੱਤੇ ਕਿ ਲੋਕਾਂ ਨੇ ਉਹਨੂੰ ਆਪਣੀ ਇੱਜ਼ਤ ਬਿਜ਼ਤੀ ਔਰ ਸਟੇਟਸ ਸਿੰਬਲ ਦਾ ਮਸਲਾ ਬਣਾ ਲਿਆ ਔਰ ਹੁਣ ਲੋਕੀ ਜਿਹੜੇ ਨਾ ਇੱਕ ਜਾਰਹਿਾਨਾ ਆਪਣਾ ਅੰਦਾਜ਼ ਅਪਣਾਉਣ ਵਾਸਤੇ ਜਾਂ ਬਗਾਵਤ ਬਗਾਵਤ ਵੈਸੇ ਤੇ ਸਾਡੇ ਕੋਲ ਹੁੰਦੀ ਨਹੀਂ ਪਰ ਸ਼ਰਾਬ ਪੀਣ ਜੋਗੀ ਬਗਾਵਤ ਕਰਨ ਵਾਸਤੇ ਬੜੇ ਬੜੇ ਜਿਹੜੇ ਵੱਡੇ ਸਾਡੇ ਸਰਖੇ ਇਨਕਲਾਬੀ ਨੇ ਨਾ ਉਹ ਵੀ दारू ਦੀ ਬੋਤਲ ਪੀ ਕੇ ਸਮਝਦੇ ਨੇ ਵੀ ਉਹਨਾਂ ਨੇ ਮਿਲਟਰੀ ਸਟੈਬਲਿਸ਼ਮੈਂਟ ਦੇ ਖਿਲਾਫ ਮਹਾਜ ਟਾਲਿਆ ਤੇ ਉਹ ਕਿਉਂਕਿ ਪਾਕਿਸਤਾਨ ਦੇ ਵਿੱਚ ਮਨਾ ਹੈ दारू ਪੀਣਾ ਤੇ ਅਸੀਂ दारू ਪੀ ਲਿਆ ਤੇ ਅਸੀਂ ਜਨਾਬ ਬੱਲੇ ਬੱਲੇ ਅਸੀਂ ਦਲੇਰ ਵੀ ਹਾਂ ਤੇ ਅਸੀਂ ਕਿਸੇ ਨਹੀਂ ਮੰਨਦੇ ਇਹ ਇੱਕ ਅਨਫੋਰਚਨਟਲੀ ਕੁਝ ਲੋਕ ਤਾਂ ਹੋਰ ਵਜੂਹਾਤ ਦੀ ਵਜ੍ਹਾ ਤੋਂ ਵੀ ਪੀਂਦੇ ਹੋਣਗੇ اور اے بڑا ایک کمپلیکس ٹاپک ظاہر ہے لیکن زیادہ تر بچے بچیاں خواتین مرد جڑے اے شراب دی لت دے وچ نے او جڑے پارٹی تے جاندے نے دوسری جگہ تے جاندے نے اوتھے ماڈرن لوکنگ بننے واسطے فارورڈ لوکنگ بننا واسطے ایہو جیاں حرکتاں کردے نے نہ انہاں دا شراب دے نال کوئی تعلق ہوندا ہے نہ لین دین ہوندا ہے تے نہ ہی انہاں نے کدی کوئی ایہو جے کام کیتے ہوندے نے نہ انہاں نوں پہچان دا ادب ہوندا ہے نہ پینے دا ادب ہوندا ہے نہ پینے تو بعد گھر جان دا ادب ہوندا ہے سمجھدے ہو نا ਅਕ ظاہر ਹੈ ਅਗਰ ਤੁਸੀਂ ਪੀ ਲਈਏ ਮੈਂ ਦੁਬਾਰਾ ਆਖਣ ਡਿਆ ਵੀ ਮੈਂ ਨਹੀਂ ਆਂਦਾ ਪੀਓ ਬਹਰਲ ਕਿਸੇ ਨੇ ਪੀ ਲਈਏ ਤੇ ਉਹਨੂੰ ਫਿਰ ਡਰਾਈਵਿੰਗ ਤੇ ਨਹੀਂ ਕਰਨੀ ਚਾਹੀਦੀ ਤੇ ਜਿਹੜੇ ਮੁਲਕਾਂ 'ਚ ਲੋਕ ਪੀਂਦੇ ਨੇ ਉੱਥੇ ਜਿਹੜੇ ਖਾਂਦਾ ਨਹੀਂ ਲੋਕ ਨੇ ਉਹ ਤੇ ਉਹ ਜੀਆਂ ਚਵਲਾ ਨਹੀਂ ਮਾਰਦੇ ਉਸ ਤੋਂ ਬਾਅਦ ਉਹ ਜਾਂ ਤੇ ਡਰਾਈਵਰ ਰੱਖਦੇ ਨੇ ਨਾਲ ਜਾਂ ਉਹ ਕੋਈ ਟੈਕਸੀ ਉਬਰ ਸ਼ੂਬਰ ਕੋਈ ਚੀਜ਼ ਹੋਰ ਲੈਂਦੇ ਨੇ ਤੇ ਘਰ ਦਫਾ ਹੁੰਦੇ ਨੇ ਜਾਂ ਕਿਸੇ ਨੂੰ ਆਖਦੇ ਨੇ ਕਿ ਮੈਨੂੰ ਛੱਡ ਦਿਓ ਤੇ ਪਾਕਿਸਤਾਨ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਵੀ ਇਹਨਾਂ ਨੂੰ ਡੈਰੀ ਕੋਈ ਨਹੀਂ ਹੈ ਜਿੰਨੇ ਮਰਜ਼ੀ ਬੰਦੇ ਥੱਲੇ ਦੇ ਦੋ ਤੇ ਇਸ ਆਸਤੇ ਇਹ ਬੜੀ ਖਤਰਨਾਕ ਖਬਰ ਹੈ ਲੇਕਿਨ ਇਹਦੇ ਵਿੱਚੋਂ ਕੁਝ ਨਿਕਲਣਾ ਨਹੀਂ ਇਹ ਚੋਂ ਕੁਝ ਨਹੀਂ ਨਿਕਲਣਾ ਉਹ ਪੰਜ ਬੰਦੇ ਜਾਂਦੇ ਰਹੇ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਕਿਉਂਕਿ ਰੂਲ ਆਫ ਲਾ ਹੈ ਹੀ ਨਹੀਂ ਇਹ ਬੀਬੀ ਨੇ ਅੱਜ ਨਹੀਂ ਤਾਂ ਕੱਲ੍ਹ ਨੇ ਫਾਰਗ ਹੋ ਜਾਣਾ ਛੁੱਟ ਜਾਣਾ ਫੇਰ ਇਹ ਐਂ ਜੀ ਫਿਰੇਗੀ ਦੋ ਚਾਰ ਮਹੀਨੇ ਅੱਛਾ ਮਜ਼ੇ ਦੀ ਗੱਲ ਮੈਂ ਦੱਸਾਂ ਵੀ ਇਹਨੇ ਫਿਰ ਉਹਨ ਸਾਡੀ ਭੈਣ ਨੇ ਸਿਰ ਵੀ ਕੱਜਣਾ ਉਸੇ ਵੇਖਿਓ ਇਹਨੇ ਉਹ ਨਮਾਜ਼ਾਂ ਵੀ ਪੜ੍ਹਣੀਆਂ ਨੇ ਇਹਦੇ ਪੂਰੇ ਟੱਬਰ ਨੇ ਨਮਾਜ਼ਾਂ ਪੜ੍ਹਣੀਆਂ ਸ਼ੁਰੂ ਹੋ ਜਾਣੀਆਂ ਨੇ ਤਸਬੀਹਾਂ ਫਿਰਨੀਆਂ ਨੇ ਨਮਾਜ਼ਾਂ ਪੜ੍ਹਣੀਆਂ ਨੇ ਔਰ ਉਮਰੇ ਤੇ ਵੀ ਜਾਣਾ ਹੈ ਨਾ ਬਿਲਕੁਲ ਫਿੱਟ ਹੋ ਜਾਣਾ ਇਹਨਾਂ ਉਹਨਾਂ ਨੇ ਵੀ ਹੋਣਾ ਹੈ ਹੈਂਗਓਵਰ ਉਹਨਾਂ ਦਾ ਪੂਰਾ ਹੋ ਜਾਣਾ ਹੈ ਤੇ ਹੈਂਗਆਊਟ ਜਿਹੜਾ ਬਿੱਤਰ ਹੋ ਜਾਣਾ ਔਰ ਉਹਨਾਂ ਨੇ ਕਿਹਾ ਯੂ ਨੋ ਆਈ ਨੋ ਯੂ ਨੋ ਉਹਦੇ ਨਾਲ ਐ ਹੋਇਆ ਸਮਝਦੇ ਹੋ ਨਾ ਤੇ ਉਸ ਯੂ ਨੋ ਯੂ ਨੋ ਦੇ ਵਿੱਚੋਂ ਫਿਰ ਇਹ ਸਾਰਾ ਕੁਝ ਚਾਰ ਦਿਨ ਉਹਨਾਂ ਨੇ ਡਰਨਾ ਪੰਜਵੇਂ ਦਿਨ ਫਿਰ ਪਾਰਟੀ ਹੋ ਰਹੀ ਹੋਣੀ ਫਿਰ ਉੱਥੇ ਮਿਊਜ਼ਿਕ ਹੋਣਾ ਤੇ ਫਿਰ ਉੱਥੇ ਜਿਸਮ ਥਰਕਨੇ ਨੇ ਤੇ ਫਿਰ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲਣੇ ਨੇ ਤੇ ਫਿਰ ਪੀਣਾ ਤੇ ਫਿਰ ਗੈਰ ਮੋਤਾਤ ਹੋ ਕੇ ਹਰਕਤਾਂ ਕਰਨੀਆਂ ਨੇ ਮਤਲਬ ਮੈਂ ਕੀ ਆਖਾਂ ਕਿ ਕਵਾ ਚਲਾ ਹਸ ਕੀ ਚਾਲ ਆਪਣੀ ਚਾਲ ਗਵਾ ਬੈਠਾ ਜਾਂ ਤੇ ਫਿਰ ਪੂਰੀ ਤਰ੍ਹਾਂ ਇਹੋ ਜੇ ਕੰਮ ਕਰਿਆ ਕਰੋ ਮੇਰਾ ਮੇਰਾ ਮਤਲਬ ਹੈ ਕਿ ਪੂਰਾ ਉਹ ਜਿਹੜੀ ਮੈਂ ਆਖਿਆ ਨਾ ਕਿ ਅਮਰੀਕਾ ਦੇ ਵਿੱਚ ਵੀ ਔਰ ਹੋਰ ਥਾਵਾਂ ਤੇ ਵੀ ਕਈ ਸਾਡੇ ਸੱਜਣ ਜਿਹੜੇ ਨੇ ਉਹ সুইমিਂਗ ਪੂਲ ਬਣਾ ਲੈਂਦੇ ਨੇ ਵੱਡਾ ਸਾਰਾ ਫਿਰ ਬੁੱਢੀ ਨੂੰ ਉਹਦੇ ਜਣਾਉਣ ਨਹੀਂ ਦਿੰਦੇ ਵੀ ਨਾਲ ਵਾਲੇ ਗਵਾਂਢੀ ਵੇਖਣਗੇ ਤੇ ਫਿਰ ਸਾਰਾ ਵੇਲੇ ਬਾਹਰ ਸਿਕੜ ਲਾ ਕੇ ਤੇ ਉੱਥੇ ਜਨਾ ਜਨਾਬ ਜਿਹੜਾ ਨਾਲ ਕੁਰਸੀ ਢਾ ਕੇ ਬੈਠੇ ਰਹਿੰਦੇ ਨੇ ਤੇ ਨਿਆਣਿਆਂ ਨੂੰ ਨਹਾਉਣ ਦੀ ਇਜਾਜ਼ਤ ਹੁੰਦੀ ਬਾਕੀ ਕਿਸੇ ਵੱਡੀ ਉਮਰ ਦੇ ਵਿੱਚ ਕਿਸੇ ਵੀ ਬੱਚੀ ਵੱਡੀ ਹੋਵੇ ਜਾਂ ਬੇਗਮ ਹੋਵੇ ਉਹ ਸਵਿੰਗ ਪੂਲ ਚ ਨਹਾ ਨਹੀਂ ਸਕਦੀ ਤੇ ਉਹ ਬਸ ਸਵਿੰਗ ਪੂਲ ਬਣਿਆ ਫਿਰ ਉਹ ਹਾਥੀ ਪਾ ਲਿਆ ਤੇ ਉਹਦਾ ਇਸਤੇਮਾਲ ਕੋਈ ਨਹੀਂ ਹੈਗਾ ਇੱਕ ਸ਼ਾਇਦ ਮਤਲਬ ਕਹਿਣ ਦਾ ਵੀ ਕਲਚਰਲੀ ਜਿਹੜੀ ਸ਼ਾਇਦ ਤੇ ਓਪਨ ਨਹੀਂ ਜੇ ਟ੍ਰੇਨਿੰਗ ਨਹੀਂ ਹੈ ਜਿਹਦੇ ਨਾਲ ਕੋਈ ਤੁਹਾਡਾ ਲੈਣ ਦੇਣ ਨਹੀਂ ਹੈ ਉਹ ਕੰਮ ਕਰਦੇ ਕਿਉਂ ਜੇ ਮੇਰੀ ਇਸ ਸਮਝ ਤੋਂ ਬਾਹਰ ਹੈ ਬਹ ਅੱਲਾ ਇਸ ਨਤਾਸ਼ਾ ਬੀਬੀ ਨੂੰ ਦੇ ਯਾ ਇਨਰਗੀਆਂ ਬੀਬੀਆਂ ਨੂੰ ਜਿਹੜੀ ਉਹ ਅਕਲਵੀ ਦੇਵੇ ਤੇ ਨਾਲ ਇਹਨਾਂ ਨੂੰ ਇਹ ਵੀ ਮੌਕਾ ਦੇਵੇ ਕਿ ਇਹ ਪੀਣੀ ਹੈ ਜਾਂ ਨਹੀਂ ਪੀਣੀ ਤੇ ਇਹਨਾਂ ਨੇ ਆਪਣੇ ਰੱਬ ਨੂੰ ਜਵਾਬ ਦੇਣਾ ਮੈਂ ਕੋਈ ਮੌਲਵੀ ਨਹੀਂ ਹੈਗਾ ਵੀ ਫਤਵੇ ਦੇਣ ਦੇ ਆ ਮੈਂ ਤੇ ਇੰਨੀ ਗੱਲ ਕਰਨ ਦੇ ਆ ਕਿ ਜੇ ਪੀਣੀ ਹੈ ਤੇ ਮਰੋ ਗੱਡੀ ਤੇ ਨਾ ਚਲਾਓ ਲੋਕਾਂ ਨੂੰ ਤੇਰਾ ਮਾਰੋ ਉਸ ਤੋਂ ਬਾਅਦ ਘਰ ਰਵੋ ਹੁਣ ਮੈਨੂੰ ਕਿਤੇ ਮੌਲਵੀ ਹੋਣ ਦਾ ਫਤਵਾ ਨਾ ਦੇ ਦੇਣਾ ਇਹ ਰੱਬ ਜਾਣਦਾ ਜਾਂ ਮੌਲਵੀ ਜਾਣਦੇ ਨੇ ਮੌਲਵੀ ਫਤਵੇ ਦੇਣ ਉਹਨਾਂ ਦਾ ਕੰਮ ਹੈ ਮੈਨੂੰ ਕੋਈ ਨਹੀਂ ਪਤਾ ਵੀ ਕਿਹੜਾ ਪੀ ਸਕਦਾ ਤੇ ਕਿਹੜਾ ਮੌਲਵੀ ਕਵੀ ਸਾਹਿਬ ਜਿਹੜੇ ਨੇ ਉਹ ਤੇ ਆਂਦੇ ਨੇ ਥੋੜੀ-ਬਹੁਤ ਪੀ ਸਕਦਾ ਬੰਦਾ ਤੇ ਉਹਨਾਂ ਦੇ ਆਪਣੇ ਫਤਵੇ ਨੇ ਬਹਰਲ ਮੈਂ ਇਸ ਚੱਕਰ ਜਨੀਬ ਜਾਂਦਾ ਵੀ ਪੀ ਸਕਦਾ ਹੈ ਕਿ ਨਹੀਂ ਪੀ ਸਕਦਾ ਜ਼ਾਹਿਰ ਹੈ ਮੇਰਾ ਤੇ ਜਿੰਨਾ ਕਿਲਮਾ ਹੀ ਹੈ ਕਿ ਇਸਲਾਮ ਦੇ ਵਿੱਚ ਮਨਾ ਹੈ ਤੇ ਬੰਦਾ ਨਹੀਂ ਪੀ ਸਕਦਾ ਤੇ ਨਾ ਬੁੱਢੀ ਪੀ ਸਕਦੀ ਹੈ ਬਹਰਲ ਦੁਬਾਰਾ ਲੰਬੀ ਇਹਦੀ ਤਾਵੀਲ ਹੋ ਗਈ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਅਗਰ ਇਹੋ ਜਿਹੀ ਹਰਕਤਾਂ ਤੁਸੀਂ ਕਰਦੇ ਹੋ ਤੇ ਕਮ ਘੱਟ ਦੂਜਿਆਂ ਨੂੰ ਆਪਣੇ ਅਜ਼ਾਬ ਤੋਂ ਜਿਹੜਾ ਉਹ ਬਚਾ ਕੇ ਰੱਖੋ ਅੱਛਾ ਜੀ ਅਗਲੀ ਖਬਰ ਤੁਹਾਨੂੰ ਬੜੀ ਇੰਟਰਸਟਿੰਗ ਦਿੰਨੇ ਬਰੀ ਦੇ ਵਿੱਚ ਇੱਕ ਅਸਿਸਟੈਂਟ ਕਮਿਸ਼ਨਰ ਸਾਹਿਬ ਦੀ ਡਿਊਟੀ ਲੱਗੀ ਉਹਨਾਂ ਦੀ ਡਿਊਟੀ ਇਹ ਲੱਗੀ ਕਿ ਨਵਾਰਸ਼ੀਵ ਸਾਹਿਬ ਨੇ ਬਾਹਰ ਆਉਣਾ ਤੇ ਉਹਨਾਂ ਦੇ ਨਾਰੇ ਵਜਣੇ ਚਾਹੀਦੇ ਕਿਉਂਕਿ ਬਿਜਲੀ ਦਾ ਪੈਕੇਜ ਦਿੱਤਾ ਕੋਈ ਦੋ ਚਾਰ ਨਾਰੇ ਤੇ ਮਰਵਾ ਦਿਓ ਤੇ ਉਹਨਾਂ ਨੇ ਇੱਕ ਲੋਕਲ ਮਰੀ ਦਾ ਜਿਹੜਾ ਕਾਉਂਸਲਰ ਲੈਵਲ ਦਾ ਇੱਕ ਜਿਹੜਾ ਲੀਡਰ ਸੀ ਨੂਨ ਲੀਗ ਦਾ ਉਹਦੇ ਨਾਲ ਰਾਬਤਾ ਕੀਤਾ ਔਰ ਜਨਾਬ ਟੋਟਲ 13 ਬੰਦੇ ਜਾਂ 14 ਬੰਦੇ ਅਰੇਂਜ ਕਰਾਏ ਗਏ ਉਹਨਾਂ ਨੂੰ ਇੱਕ ਜਗ੍ਹਾ ਤੇ ਖੜਾ ਕੀਤਾ ਗਿਆ ਮੀਆਂ ਸਾਹਿਬ ਵੀ ਉੱਥੇ ਗੱਡੀ ਲੱਗਦੀ ਹੈ ਮੀਆਂ ਸਾਹਿਬ ਰੁਕਦੇ ਨੇ ਤੇ ਨੌਜਵਾਨ ਨਾਰੇ ਮਾਰਦੇ ਨੇ ਮੀਆਂ ਸਾਹਿਬ ਜ਼ਿੰਦਾਬਾਦ ਉਹ ਸਾਰਾ ਪਹਿਲਾਂ ਤੋਂ ਵੈਲ ਆਰਕੈਸਟ੍ਰੇਟਡ ਥਾ ਵਖਾਇਆ ਐਂਜੀ ਗਿਆ ਪੀ ਨੈਚੁਰਲੀ ਮੀਆਂ ਸਾਹਿਬ ਨੈਚੁਰਲੀ ਤੇ ਅੱਜਕੱਲ ਮੀਆਂ ਸਾਹਿਬ ਦੇ ਬਾਥਰੂਮ ਦਾ ਦਰਵਾਜ਼ਾ ਕੋ ਖੜਕੜਾਵੇ ਨਾ ਤਾਂ ਪੁੱਛਦੇ ਨੇ ਅੰਦਰੋਂ ਬਾਹਰੋਂ ਅੰਦਰੋਂ ਵੀ ਬਾਹਰ ਕੌਣ ਹੈ ਉਹ ਨਹੀਂ ਖੋਲਦੇ ਉਹਨਾਂ ਨੂੰ ਪਤਾ ਵੀ ਅੱਜਕੱਲ ਪਬਲਿਕ ਦੇ ਨਾਲ ਜੋ ਕੁਝ ਕਰ ਛੜਿਆ ਲੋਕਾਂ ਕਢਣੀਆਂ ਨੇ ਗੰਦੀਆਂ ਗਾਲਾਂ ਤੇ ਇਸ ਵਜ੍ਹਾ ਤੋਂ ਮੀਆਂ ਸਾਹਿਬ ਜਿਹੜੇ ਨੇ ਉਹ ਕਿਸੇ ਦੇ ਲੱਗੇ ਹੀ ਨਹੀਂ ਲੱਗਦੇ ਸਿਆਣੇ ਆਦਮੀ ਨੇ ਸਮਝਦਾਰ ਬੰਦੇ ਨੇ ਠੀਕ ਕਰਦੇ ਨੇ ਮੈਂ ਨਹੀਂ ਆਂਦਾ ਵੀ ਗਲਤ ਕਰਦੇ ਨੇ ਲੇਕਿਨ ਇਹ ਕਿ ਮੀਆਂ ਸਾਹਿਬ ਰਿਸਕ ਨਹੀਂ ਲੈਂਦੇ ਇਹ 12 ਤੇ ਤੁਹਾਨੂੰ ਮੈਂ ਅੰਦਰ ਦੀ ਸਿਸਟਮ ਦੇ ਵਿੱਚੋਂ ਇਹ ਪਤਾ ਲੱਗੀ ਹੈ ਤੇ ਮੀਆਂ ਸਾਹਿਬ ਨੇ ਜਨਾਬੇ ਤਮਾਸ਼ਾ ਕੀਤਾ ਉਹ ਫਿਰ ਕਮਾਈ ਸਾਰੀ ਵੀਡੀਓ ਜਿਹੜੀ ਹੈ ਪੂਰੀ ਜਗ੍ਹਾ ਦੇ ਉੱਤੇ ਔਰ ਦੱਸਣ ਦੀ ਇਹ ਹੀ ਕੋਸ਼ਿਸ਼ ਕੀਤੀ ਕਿ ਮੀਆਂ ਸਾਹਿਬ ਇੱਕ ਜਵਾਨ ਨੇ ਤੇ ਆਖਿਆ ਕਿ ਅੱਲਾ ਮੈਨੂੰ ਮੌਤ ਨਾ ਦੇਣਾ ਜਦੋਂ ਤੱਕ ਨਵਾਸ਼ੀਬ ਸਾਹਿਬ ਦੋਹਰੇ ਵਜ਼ੀਰ ਆਜ਼ਮ ਨਾ ਬਣ ਬੱਸ ਫਿਰ ਕਾਕਾ ਤੂੰ ਜਿਉਂਦਾ ਹੀ ਰਹੇਂਗਾ ਇਸ ਦੁਨੀਆ ਦੇ ਵਿੱਚ ਔਰ ਮੈਨੂੰ ਕੁਝ ਇਹੋ ਜਿਹਾ ਹੁੰਦਾ ਜਿਹੜਾ ਨਾ ਉਹ ਕੰਮ ਲੱਗਦਾ ਕੋਈ ਨਹੀਂ ਅੱਛਾ ਜੀ ਅਗਲੀ ਖਬਰ ਜਿਹੜੀ ਹੈ ਕਿ ਫਰਵਰੀ ਦੇ ਜਿਹੜੇ ਇਲੈਕਸ਼ਨਸ ਹਨ ਉਹਦੇ ਵਿੱਚ ਨੌਜਵਾਨਾਂ ਨੇ ਵੋਟ ਪਾਉਣ ਵਾਲੀ ਅਖੀਰ ਹੀ ਕਰ ਦਿੱਤੀ ਇਹ ਪਾਕਿਸਤਾਨ ਜਿਹੜਾ ਪਿਲਡਟ ਹੈ ਪਾਕਿਸਤਾਨ ਦੇ ਵਿੱਚ ਇੱਕ ਏਜੰਸੀ ਹੈ ਜਿਹੜਾ ਜ਼ਾਹਿਰ ਹੈ ਇਲੈਕਸ਼ਨਸ ਨੂੰ ਵੀ ਮੋਨੀਟਰ ਕਰਦਾ ਹੈ ਸਰਵੇ ਵੀ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ 2018 ਦੀ ਨਿਸ਼ਬਤ 2024 ਦੇ ਮੁਕਾਬਲੇ ਚ ਜਿਹੜਾ ਨਾ ਉਹ 2024 ਦੇ ਵਿੱਚ ਟਰਨਆਊਟ ਜ਼ਿਆਦਾ ਰਿਹਾ ਹੈ ਔਰ ਸਭ ਤੋਂ ਜ਼ਿਆਦਾ ਟਰਨਆਊਟ ਜਿਹੜਾ ਨੌਜਵਾਨਾਂ ਦਾ ਰਿਹਾ ਓਵਰਆਲ 48 ਫੀਸਦੀ ਟਰਨਆਊਟ ਸੀ ਲੇਕਿਨ ਔਰ ਇਸ ਇਸ ਇਨ ਚ ਰੱਖੋ ਕਿ 48 ਫੀਸਦੀ ਟਰਨਆਊਟ ਜਿਹੜਾ ਉਹ ਸਾਡੇ ਚੌਧਰੀ ਸਾਹਿਬ ਨੇ ਲੋਕਾਂ ਨੂੰ ਐਡਾ ਡਰਾਇਆ ਸੀ ਮਾਰਿਆ ਕੁੱਟਿਆ ਸੀ ਲੋਕਾਂ ਨੂੰ ਐਡਾ ਖੰਬਾ ਦਿੱਤਾ ਸੀ ਉਸ ਦੇ ਬਾਵਜੂਦ ਇਹ ਟਰਨ ਆਊਟ ਸੀ ਤੇ ਅਗਰ ਲੋਕਾਂ ਦੇ ਉੱਤੇ ਐਡਾ ਜ਼ੁਲਮ ਨਾ ਕੀਤਾ ਹੁੰਦਾ ਤੇ ਫਿਰ ਤੁਸੀਂ ਆਪ ਹੀ ਸੋਚ ਲਓ ਕਿ ਟਰਨ ਆਊਟ ਇਸ ਤੋਂ ਵੀ ਜ਼ਿਆਦਾ ਆ ਜਾਣਾ ਸੀ ਬਹਰਲ ਇਹ ਸਾਨੂੰ ਇੱਕ ਬੜੀ ਹੌਸਲਾ ਅਫਜ਼ਾ ਗੱਲ ਦੱਸ ਰਹੀ ਹੈ ਕਿ ਨੌਜਵਾਨਾਂ ਨੇ ਸਭ ਤੋਂ ਜ਼ਿਆਦਾ ਵੋਟ ਪਾਇਆ ਔਰ ਟਰਨ ਆਊਟ ਜਿਹੜਾ ਉਹ ਵਧਾ ਛੜਿਆ ਉਹਨਾਂ ਨੇ ਅੱਛਾ ਜੀ ਅਗਲੀ ਖਬਰ ਜਿਹੜੀ ਹੈ ਡਿਜੀਟਲ ਨਾਈ ਇੱਕ ਨਵੀਂ ਟਰਮ ਹੈ ਜਨਾਬ ਇਹ ਮੇਰੀ ਟੀਮ ਨੇ ਦਿੱਤੀ ਮੈਂ ਨਹੀਂ ਦਿੱਤੀ ਮੁਨੀਰ ফারুক ਸਾਹਿਬ ਨੂੰ ਦਿੱਤੀ ਹੈ ਮੇਰਾ ਮਤਲਬ ਹੈ ਨਾਈ ਜਿਹੜੇ ਸਾਡੇ ਸੱਜਣ ਦੋਸਤ ਨੇ ਉਹਨਾਂ ਦੇ ਬਾਰੇ ਇਹ ਹੈ ਨਾ ਕਿ ਉਹ ਚੁਗਲੀ ਕਰਦੇ ਨੇ ਇੱਧਰ ਦੀ ਗੱਲ ਇੱਧਰ ਇੱਧਰ ਦੀ ਇੱਧਰ ਐਧਰ ਕੋਲੋਂ ਸੁਣ ਕੇ ਉਹਨੂੰ ਤੇ ਉਹਦੇ ਕੋਲੋਂ ਸੁਣ ਕੇ ਉਹਨੂੰ ਇਹ ਮੇਰਾ ਖਿਆਲ ਕਿਉਂਕਿ ਬੈ ਕੇ YouTube ਵਗੈਰਾ ਤੇ ਕਰਦੇ ਨੇ ਤੇ ਮੇਰੀ ਟੀਮ ਨੇ ਇਹਨਾਂ ਦਾ ਨਾਮ ਡਿਜੀਟਲ ਨਾਈ ਰੱਖ ਛੜਿਆ ਉਹਨਾਂ ਕਿਹਾ ਜੀ ਇਹ ਡਿਜੀਟਲ ਨਾਈ ਸਾਹਿਬ ਜਿਹੜੇ ਨੇ ਉਹਨਾਂ ਕਿਹਾ ਵੀ ਫੈਜ਼ ﻋਮੀਦ ਨੇ ਨਾਮੀ ਕਰਵਾਇਆ ਔਰ ਉਹਦੇ ਇਰਰਫਿਊਟੇਬਲ ਜਿਹੜਾ ਨਾ ਐਵਿਡੈਂਸ ਮਿਲ ਗਿਆ ਇਸ ਤੋਂ ਪਹਿ ਉਹ ਵੀ ਆਂਦੀ ਸੀ ਵੀ ਇਰਰਫਿਊਟੇਬਲ ਮੇਰੇ ਕੋਲ ਸ਼ੈਮਾ ਨੇ ਤੇ ਇਹ ਜਨਾਬ ইমরান ਖਾਨ ਨੇ ਕੀਤਾ ਤੇ ਫਲਾਣੇ ਨੇ ਕੀਤਾ ਤੇ ਫਲਾਣੇ ਨੇ ਕੀਤਾ ਉਹ ਤੇ ਖਤਮ ਹੋ ਗਿਆ ਰੋਲੈਕਸ ਵਾਲੀ ਮਾਈ ਵੀ ਚਲੀ ਗਈ ਤੇ ਇਰਰਫਿਊਟੇਬਲ ਵੀ ਚਲੀ ਗਈ ਲੋਕੀ ਛੋਟ-ਛਟ ਕੇ ਚਲੇ ਗਏ ਕੁਝ ਅਜੇ ਤੱਕ ਥੋੜੇ ਫਸੇ ਨੇ ਬਾਕੀ ਜ਼ਿਆਦਾ ਲੋਕੀ ਉਹਨਾਂ ਕੇਸਾਂ ਦੇ ਵਿੱਚੋਂ ਜ਼ਮਾਨਤਾ ਲੈ ਕੇ ਚਲੇ ਗਏ ਉਹ ਇਰਰਫਿਊਟੇਬਲ ਐਵਿਡੈਂਸ ਕੋਈ ਨਹੀਂ ਕਿਤੇ ਨਹੀਂ ਗਈ ਤੇ ਹੁਣ ਇਹਨਾਂ ਨਵਾਂ ਕੰਮ ਕਢ ਲਿਆ ਹੁਣ ਜਰਨਲ ਫੈਜ਼ ਦੇ ਉੱਤੇ ਪਾਛੜਿਆ ਕਿ ਇਰਰਫਿਊਟੇਬਲ ਜਿਹੜੀ ਹੈ ਨਾ ਜੀ ਐਵਿਡੈਂਸ ਉੱਥੋਂ ਹੈ ਹਬੀਬ ਅਕਰਮ ਸਾਹਿਬ ਦੀ ਅਗਲੀ ਖਬਰ ਹੈ ਜ ਮਸਲਾ ਅਸਲ ਦੇ ਵਿੱਚ ਹੈ ਕਿ ਉਹਨਾਂ ਕਹਿੰਦੇ ਜੀ ਮਸਲਾ ਇਹ ਹੈ ਕਿ ইমরান ਖਾਨ ਦੇ ਖਿਲਾਫ ਕੁਝ ਮਿਲ ਨਹੀਂ ਰਿਹਾ ਮਾਇੂਸੀ ਆਪਣੀ ਇੰਤਹਾ ਦੇ ਪਹੁੰਚ ਗਈ ਹੈ ਪਬਲਿਕ ਇਹਨਾਂ ਦੇ ਖਿਲਾਫ ਹੋ ਗਈ ਹੈ ਪਬਲਿਕ ਹੋਣ ਇਹਨਾਂ ਦੇ ਕਾਬੂ ਨਹੀਂ ਆਉਣ ਢਈ ਹਕੂਮਤ ਹਰ ਹਥਿਆਰ ਅਜ਼ਮਾ ਚੁਕੀ ਹੈ ਸਿਆਸੀ ਤੌਰ ਤੇ ਪਹਿਲੇ ਵੀ ਨਾਕਾਮ ਰਹੇ ਨੇ ਗਾ ਵੀ ਨਾਕਾਮ ਰਹਿਣਾ ਹੁਣ ਇਹਨਾਂ ਨੂੰ ਸਮਝ ਨਹੀਂ ਆਉਣ ਢਈ ਇਹ ਕਰੀਏ ਕੀ ਹੁਣ ਤੇ ਬਸ ਕਮਲੇ ਹੀ ਹੋਏ ਨੇ ਤੇ ਕੁਝ ਵੀ ਕਰ ਸਕਦੇ ਨੇ ਕਮਲੇ ਹੋ ਕੇ ਮਤਲਬ ਕੋਈ ਚੀਜ਼ ਇਹਨਾਂ ਦੇ ਹੱਥ ਵਾਸ ਰਹੀ ਨਹੀਂ ਜੋ ਕੁਝ ਵੀ ਇਹ ਕਰ ਸਕਦੇ ਸੀ ਇਹਨਾਂ ਕਰਕੇ ਵੇਖ ਲਿਆ ਲੇਕਿਨ ਇਹਨਾਂ ਕੋਲੋਂ ਕੋਈ ਚੀਜ਼ ਵੀ ਉਹ ਹੋ ਨਹੀਂ ਸਕਦੀ ਅੱਛਾ ਜੀ ਰੌਫ हसन ਸਾਹਿਬ ਦੀ ਜਿਹੜੀ ਚੈਟ ਜਿਹੜੀ ਲੀਕ ਕਰ ਛੜੀ ਸੀ ਕਰਨ ਥਾਪਰ ਦੇ ਨਾਲ ਸੀ ਤੇ ਉਹ ਉਹਦੇ ਵਿੱਚ ਉਹਨਾਂ ਇਹ ਹੀ ਆਖਿਆ ਸੀ ਵੀ ਗੈਰ ਐਲਾਨੀਆਂ ਮਾਰਸ਼ਲਾ ਲੱਗਾ ਪਾਕਿਸਤਾਨ ਦੇ ਵਿੱਚ ਤੇ ਉਹ ਇਨਕਲਾਬ ਹੀ ਆਉਣਾ ਤੇ ਇੱਥੇ ਕੰਮ ਬੜਨਾ ਹੁਣ ਸਮਝ ਨਹੀਂ ਆਉਂਦੀ ਕਿ ਇਹ ਗੱਲਾਂ ਜਿਹੜੀਆਂ ਇਹ ਕਿਹੜੀਆਂ ਕੋਈ ਇਹਦੇ ਵਿੱਚ ਕਿਹੜਾ ਉਹਨਾਂ ਨੇ ਕੋਈ आ, एटम बंब का कोई नुस्खा दस दता करन थापरू कि जो मुल्की दुश्मनी और सलामती के खिलाफ इस चैट को आख्या जा रहा है महाराण मोहित पीरदादा साहब ने एक ट्वीट की था। किया उन्हें आख्या कि चौधरी निजामदीन बड़ा गुस्सा आया हुक्म दिता कि करन थापरू चुक लो ਵੀਗੋ ਜਿਹੜੇ ਰਵਾਨਾ ਹੋ ਗਏ ਫੇਰ ਪਤਾ ਚੱਲਿਆ ਵੀ ਕਰਨ ਥਾਪਰ ਜਿਹੜਾ ਉਹ ਨਰਿੰਦਰ ਮੋਦੀ ਭਾਈ ਦੇ ਦੇਸ਼ ਚ ਰਹਿੰਦਾ ਤੇ ਉੱਥੇ ਤੇ ਵੀਗੋ ਨਹੀਂ ਜਾ ਸਕਦੇ ਹੁਣ ਉਦੋਂ ਦੇ ਵੀਗੋ ਜਿਹੜੇ ਨੇ ਵਾਗਾ ਬਾਰਡਰ ਤੇ ਖੜੇ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਰਨ ਥਾਪਰ ਨੂੰ ਚੁਕਣਾ ਕਿਵੇਂ ਇਹ ਮੌਇਦ ਪੀਰਜ਼ਾਦਾ ਸਾਹਿਬ ਨੇ ਜਿਹੜਾ ਜਨਾਬ ਇਹ ਟਵੀਟ ਕੀਤਾ ਹੈ ਇਸਨੇ ਮੇਰੇ ਹਾਲ ਮੇਰਾ ਤਜ਼ੀਆ ਕਰਨ ਦੀ ਲੋੜ ਕੋਈ ਨਹੀਂ ਹੈ ਇਹ ਆਪ ਹੀ ਤਜ਼ੀਆ ਹੈ ਪੂਰੇ ਦਾ ਪੂਰਾ ਟਵੀਟ ਹੀ ਅੱਛਾ ਜੀ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਤੁਹਾਡੇ ਚਿੱਠੀ ਪੱਤਰ ਰੱਖਣੇ ਨੇ ਤੇ ਉਹ ਪਾਕਿਸਤਾਨੀ ਮੁਸਲਮਾਨਾਂ ਕਹਿੰਦੇ ਜੀ ਕਾਸ਼ ਪੀਟੀਆਈ ਦੀ ਕਿਆਦਤ ਚ ਸਲਮਾਨ ਅਕਰਮ ਅਕਰਮ ਰਾਜਾ ਜੈਸੀ اخلاقی ਜੁਰਤ ਔਰ ਕਲਮਾ ਹੱਕ ਕਹਿਣ ਦੀ ਹਿੰਮਤ ਪੈਦਾ ਹੋ ਜਾਏ ਬਿਲਕੁਲ ਜੀ ਕੋਈ ਸ਼ੱਕ ਨਹੀਂ ਜੀ ਸਲਮਾਨ ਅਕਰਮ ਰਾਜਾ ਡਟ ਕੇ ਗੱਲ ਕਰਦੇ ਨੇ ਸਿੱਧੀ ਗੱਲ ਕਰਦੇ ਨੇ ਸੱਚੀ ਗੱਲ ਕਰਦੇ ਨੇ ਤੇ ਜਿਹੜੀ ਤਕਲੀਫ ਉਹਨਾਂ ਨੂੰ ਦਿੱਤੀ ਹੈ ਸਿਸਟਮ ਨੇ ਉਹਨੂੰ ਪੂਰਾ ਬਿਆਨ ਕਰਦੇ ਨੇ ਅੱਛਾ ਜੀ ਅਗਲੀ ਖਬਰ ਹੈ ਮਤਸਰ ਨਵੀਦ ਸਾਹਿਬ ਆਂਦੇ ਨੇ ਕਿ Imran Khan ਦੇ ਦੌਰ ਚ ਮਜ਼ਦੂਰ ਕੰਮ ਪੈ ਗਏ ਸੀ ਮੀਨ ਘਟ ਗਏ ਸਨ ਤੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਤਕਰੀਬ ਤਬਕਾ ਉਹਨਾਂ ਨੂੰ ਦੂਰ ਵਕਤ ਦੀ ਰੋਟੀ ਵੀ ਲੱਭਦੀ ਸੀ ਤੇ ਹੁਣ ਰੋਲ ਗਏ ਨੇ ਉਹ ਤੇ ਉਸ ਵੇਲੇ ਉਹਨਾਂ ਦੀ ਮਤਲਬ ਮਜ਼ਦੂਰੀ ਬਹੁਤ ਹੀ ਸੀ ਤੇ ਮਜ਼ਦੂਰ ਘਟ ਸਨ ਇਹ ਗੱਲ ਜਿਹੜੇ ਨੇ ਜੀ ਉਹ ਅਗਲਾ ਕਮੈਂਟ ਜਿਹੜਾ ਉਹ ਕਹਿੰਦੇ ਨੇ ਗਿਲ ਸਾਹਿਬ ਮੈਂ ਫੈਸਲਾਬਾਦ ਤੋਂ ਹਾਂ ਸਾ ਸਾਡੀਆਂ ਵੀ ਪਾਵਰ ਲੂਮਾਂ ਨੇ ਇਮਰਾਨ ਖਾਨ ਦੇ ਦੌਰ ਦੇ ਵਿੱਚ ਮਜ਼ਦੂਰ ਨਹੀਂ ਸੀ ਮਿਲ ਰਿਹਾ ਇਮਰਾਨ ਖਾਨ ਦੇ ਦੌਰ ਦੇ ਵਿੱਚ ਮਜ਼ਦੂਰ ਹਫਤੇ ਚ 4 ਤੇ 5000 ਰੁਪਇਆ ਬਣਾ ਲੈਂਦਾ ਸੀ ਹਫਤੇ ਚ ਤੇ ਇਮਰਾਨ ਖਾਨ ਦੇ ਦੌਰ ਦੇ ਵਿੱਚ ਅੱਜ ਕੱਲ ਮਜ਼ਦੂਰ ਜਿਹੜਾ ਹਫਤੇ ਚ 4-5000 ਬਣਾਉਂਦਾ ਸੀ ਇਮਰਾਨ ਖਾਨ ਦੇ ਦੌਰ ਦੇ ਵਿੱਚ ਮਜ਼ਦੂਰ 10 ਤੋਂ 12000 ਹਫਤੇ ਦਾ ਬਣਾਉਂਦਾ ਸੀ ਤੇ ਹੁਣ ਹਾਲ ਫਿਰ ਬਿਲਕੁਲ ਉਹੀ ਇੱਕ ਪਾਵਰ ਲੂਮਾਂ ਬੰਦ ਹੋ ਗਈਆਂ ਇਹ ਤਾਂ ਤੁਸੀਂ ਵੇਖਿਆ ਵੀ ਸੀ ਕਿ 50000 ਨਵੀਆਂ ਪਾਵਰ ਲੂਮਾਂ ਲੱਗੀਆਂ ਸਨ ਫੈਸਲਾਬਾਦ ਦੇ ਵਿੱਚ ਔਰ ਮਜ਼ਦੂਰ ਲੱਭਣ ਨਹੀਂ ਸਿਰਿਆ ਹੈ ਗੱਲ ਤੁਹਾਡੀ ਠੀਕ ਹੈ ਅੱਛਾ ਜੀ ਫੈਕਟਰੀਆਂ ਬੰਦ ਹੋਣ ਦੇ ਨਾਲ ਡਾਕਟਰ ADNAN UMAR ਆਂਦੇ ਨੇ ਵੀ ਫੈਕਟਰੀਆਂ ਬੰਦ ਹੋਣ ਨਾਲ ਹਜ਼ਾਰਾਂ ਮਜ਼ਦੂਰ ਰੋਜ਼ ਬੇਰੁਜ਼ਗਾਰ ਹੋ ਗਏ ਨੇ 에어 ਕੰਡੀਸ਼ਨ ਮਹਿਲ ਗਾੜੀਆਂ ਤੇ ਮੂੰਹ ਚ ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਇਹਨਾਂ ਮਜ਼ਦੂਰਾਂ ਦੀ ਤਕਲੀਫ ਦਾ ਅਹਿਸਾਸ ਨਹੀਂ ਕਰ ਸਕਦੇ ਅੱਛਾ ਜੀ ਅਗਲਾ ਕਮੈਂਟ ਹੈ ਕਿ ਹਿੰਦੁਸਤਾਨ ਹਰ ਸ਼ੋਭੇ ਚ ਤਰੱਕੀ ਕਰ ਰਿਹਾ ਹੈ ਕਦੀ YouTube ਤੇ ਮੋਲਡਿੰਗ ਔਰ ਆਟੋਜ਼ ਦੇ ਵਿੱਚ ਕਿਸਾਨਾਂ ਲਈ ਗੱਟਰ ਬਣਾਉਣ ਕਸਾਨਾਂ ਲਈ ਗੁੜ ਬਣਾਉਣ ਗਟਰਾਖ ਦਿੱਤਾ ਮਾਜ਼ਰਤ ਨਾਲ ਗੁੜ ਬਣਾਉਣ ਵਾਲੇ ਪਲਾਂਟ ਔਰ ਜ਼ਰੀ ਮਸ਼ੀਨ ਮਸ਼ੀਨਰੀ ਫੂਡ ਪਲਾਂਟ ਬੇਕਰੀ ਫੂਡ ਪਲਾਂਟ ਔਰ ਦੂਸਰੀ ਮੈਡੀਸਨ ਦੇ ਪਲਾਂਟ ਤੁਸੀਂ ਵੇਖੋ ਤੇ ਉਹ ਵੀ ਹਿੰਦੁਸਤਾਨ ਬਣਾ ਰਿਹਾ ਮਤਲਬ ਕਿ ਹਰ ਪਾਸੇ ਉਹ ਤਰੱਕੀ ਕਰ ਰਿਹਾ ਹੈ ਅੱਛਾ ਜੀ ਅਸਦ ਗੁੱਜਰ ਸਾਹਿਬ ਆਂਦੇ ਨੇ ਕਿ ਜ਼ਮੀਨ ਇੰਤਕਾਲ ਤੋਂ ਬਾਅਦ ਬੰਦੇ ਦੀ ਹੋ ਜਾਂਦੀ ਹੈ ਤੇ ਬੰਦਾ ਇੰਤਕਾਲ ਤੋਂ ਬਾਅਦ ਜ਼ਮੀਨ ਦਾ ਹੋ ਜਾਂਦਾ ਹੈ ਬੱਲੇ ਬੀ ਬੱਲੇ ਗੁਜਰ ਸਾਹਿਬ ਬਿਲਕੁਲ ਤੁਸੀਂ ਬੜੀ ਮੈਂ ਆਨਾ ਕਿ ਬੜੀ ਬਰੀਕ ਗੱਲ ਕੀਤੀ ਹੈ ਜਿਸ ਦਿਨੇ ਫਾਰਮੂਲਾ ਲੋਕਾਂ ਨੂੰ ਸਮਝ ਆ ਗਿਆ ਕੋਈ ਕਿਸੇ ਦੀ ਜ਼ਮੀਨ ਦਾ ਨਾ ਹੱਕ ਟੁਕੜਾ ਨਾ ਖੋਏਗਾ ਨਾ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਨਾ ਕੋਈ ਕਿਸੇ ਨਾਲ ਧੱਕਾ ਕਰੇਗਾ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਅਗਰ ਇਹ ਸਾਦਾ ਜੀ ਗੱਲ ਹੀ ਸਾਨੂੰ ਸਮਝ ਆ ਜਾਏ ਕਿ ਇਹ ਸਾਰਾ ਕੁਝ ਜਿਹੜਾ ਹੈ ਰੱਬ ਦਾ ਹੈ ਤੇ ਇੱਥੇ ਜ਼ਮੀਨ ਇੱਥੇ ਜਿਹੜੀ ਰੱਬ ਦੀ ਜ਼ਮੀਨ ਤੇ ਜਿਹੜੇ ਚਾਰ ਦਿਨ ਹੈਗੇ ਨੇ ਹੈਗੇ ਆਂ ਤੋਂ ਬਾਅਦ ਖਾਲੀ ਥਾਂ ਨਾਲ ਅਸੀਂ ਜਾਣਾ ਹੈ ਤੇ ਫਿਰ ਸ਼ਾਇਦ ਅਸੀਂ ਇਹੋ ਜੀਆਂ ਕਾਰਵਾਈਆਂ ਕਰਨ ਤੋਂ ਬਾਜ਼ ਆ ਜਾਈਏ ਲਓ ਜੀ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ